ਨੈਣ ਚਨਾਂ ਦੇ ਕੰਢੇ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਹੋਇਆ ਕਰਦਾ ਸੀ ਕਿ ਲੋਹੜੀਆਂ ਜਿਨ੍ਹਾਂ ਦੇ ਲੜਕੇ ਹੁੰਦੇ ਸੀ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਸੀ। ਸਮੇਂ ਦੇ ਨਾਲ ਕਾਨੂੰਨ ਬਦਲਿਆ, ਕਾਨੂੰਨ ਦੇ ਵਿੱਚ ਸਭ ਨੂੰ ਪਹਿਲਾਂ ਜਦੋਂ ਕਿਸੇ ਲੜਕੇ ਦਾ ਨਾਮ ਲਿਆ ਜਾਂਦਾ ਸੀ ਉਹਨਾਂ ਦੇ ਪਿਤਾ ਦਾ ਨਾਮ ਲਿਆ ਜਾਂਦਾ ਸੀ ਸੋਨ ਆਫ ਦੀ ਕਰਕੇ, ਪਰ ਕਾਨੂੰਨ ਬਦਲਿਆ ਹੁਣ ਜਦੋਂ ਕਿਸੇ ਦਾ ਕੋਈ ਸਕੂਲ ਦਾ ਸਰਟੀਫਿਕੇਟ ਹੋਵੇ ਉਹਦੇ ਉੱਤੇ ਪਹਿਲਾਂ ਮਾਤਾ ਦਾ ਨਾਂ ਆਊਗਾ ਫਿਰ ਪਿਤਾ ਜੀ ਦਾ ਨਾਂ ਆਊਗਾ। ਇਸੇ ਤਰ੍ਹਾਂ ਇਹ ਬੱਚੀਆਂ ਨੇ ਤਰੱਕੀ ਕੀਤੀ, ਪੂਰੇ ਸਾਡੇ ਦੇਸ਼ ਨੂੰ ਬੁਲੰਦੀਆਂ 'ਤੇ ਪਹੁੰਚਾਇਆ। ਇੱਕ ਲੜਕੀ ਕਲਪਨਾ ਚਾਵਲਾ ਹੋਈ ਜਿਹਨੇ ਅੰਬਰ ਦੀਆਂ ਉਡਾਰੀਆਂ ਮਾਰੀਆਂ, ਸੁਨੀਤਾ ਵਿਲੀਅਮ ਹੋਈ ਉਹਨਾਂ ਨੇ ਅੰਬਰ ਦੀਆਂ ਉਡਾਰੀਆਂ ਮਾਰੀਆਂ। ਅੱਜ ਜੋ ਕੁੜੀਆਂ ਨੇ ਉਹ ਮੁੰਡਿਆਂ ਤੋਂ ਘੱਟ ਨਹੀਂ। ਅੱਜ ਜੋ ਬੱਚੀਆਂ ਦਾ ਅੱਜ ਲੋਹੜੀ ਦਾ ਪ੍ਰੋਗਰਾਮ ਮਨਾ ਰਹੇ ਹਾਂ, ਆਉਣ ਵਾਲੇ ਸਮੇਂ ਵਿੱਚ ਇਹਨਾਂ ਲੜਕੀਆਂ ਨੇ MLA ਵੀ ਬਣਨਾ, MP ਵੀ ਬਣਨਾ, ਲੀਡਰ ਵੀ ਬਣਨਾ ਔਰ ਆਪਣੇ ਮਾਂ ਬਾਪ ਨੂੰ ਬੁਲੰਦੀਆਂ 'ਤੇ ਪਹੁੰਚਾਉਣਾ। ਸੋ ਅਸੀਂ ਸਾਰੇ ਹੀ ਜਿੰਨੇ ਵੀ ਪ੍ਰਬੰਧਕ ਕਮੇਟੀ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿੰਨੇ ਸਾਡੇ ਨਾਲ ਸਹਿਯੋਗੀ ਆਏ ਨੇ, ਸੱਜਣ ਮਿੱਤਰ ਆਏ ਨੇ। ਇੱਥੇ ਦੇ ਜਿੰਨੇ ਵੀ ਪ੍ਰਬੰਧਕ ਕਮੇਟੀ ਆ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹ ਬੱਚਿਆਂ ਦੀ ਲੋਹੜੀ 'ਤੇ ਲੱਖ ਲੱਖ ਵਧਾਈ ਦੇਣੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ। ਸਾਈਂ ਜੀ ਹੁਣਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦੇ ਹਾਂ। ਮੁੱਖ ਸੇਵਾਦਾਰ ਆਕਾਸ਼ਦੀਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਆਪਾਂ ਧੀਆਂ ਦਾ ਲੋਹੜੀ ਸਮਾਗਮ ਕਰਨ ਆਏ ਹਾਂ, ਨਾ ਤੁਸੀਂ ਮੈਨੂੰ ਜਾਣਦੇ ਹੋ ਨਾ ਮੈਂ ਤੁਹਾਨੂੰ ਜਾਣਦਾ। ਮੈਂ ਇੱਕ ਚੀਜ਼ ਨੂੰ ਜਾਣਦਾ, ਜਿਹੜੀਆਂ ਧੀਆਂ ਨੇ ਉਹ ਸਾਡੀਆਂ ਨੇ, ਚਾਹੇ ਕਿਸੇ ਪ੍ਰਵਾਸੀ ਦੀ ਹੋਵੇ ਚਾਹੇ ਕਿਸੇ ਪੰਜਾਬੀ ਦੀ ਹੋਵੇ, ਉਹ ਸਾਰੇ ਹੀ ਸਾਡੀਆਂ ਧੀਆਂ ਨੇ। ਕਿਉਂਕਿ ਅੱਜ ਤੁਸੀਂ ਠੰਡ ਦੇ ਵਿੱਚ ਆਪਣੀਆਂ ਬੱਚੀਆਂ ਲੈ ਕੇ ਬੈਠੀ ਹੋ ਸਾਈਂ ਜੀ ਕੇ ਦਰਬਾਰ, ਨੋਟ ਕਰਿਓ ਆਪਣੀਆਂ ਧੀਆਂ ਨੂੰ ਜੇ ਤੁਸੀਂ ਪਿਆਰ ਕਰਦੀ ਹੋ। ਕੋਈ ਵੀ ਕਿਤੇ ਕਿਰਾਏ 'ਤੇ ਰਹਿੰਦੀ ਆ ਜਾਂ ਕਿਤੇ ਆਪਣੇ ਮਕਾਨ 'ਚ ਰਹਿੰਦੀ ਆ, ਚਾਹੇ ਉਹ ਝਾੜੂ ਪੋਚੇ ਦਾ ਕੰਮ ਕਰਦੀ ਆ, ਕਿਸੇ ਵੀ ਤਰ੍ਹਾਂ ਦਾ ਕੰਮ ਕਰਦੀ ਆ, ਕੰਮ ਕਰਨਾ ਕੋਈ ਮਾੜਾ ਨਹੀਂ, ਆਪਣੀ ਧੀ ਨੂੰ ਪੜ੍ਹਾਈ ਦਾ ਕਹਿਣਾ ਜ਼ਰੂਰ ਦਿਓ। ਜਿੰਨੀਆਂ ਧੀਆਂ ਨੇ ਉਹਨਾਂ ਨੂੰ ਪੜ੍ਹਾਓ, ਐਜੂਕੇਸ਼ਨ ਦਿਓ। ਜੇ ਤੁਸੀਂ ਐਜੂਕੇਸ਼ਨ ਦਿਓਗੀਆਂ ਤਾਂ ਉਹ ਅੱਗੇ ਜਾ ਕੇ ਕੁਛ ਨਾ ਕੁਛ ਕਰਕੇ ਦਿਖਾਉਣਗੀਆਂ। ਕਿਉਂਕਿ ਮੈਂ ਤੁਹਾਨੂੰ ਇੱਥੇ ਕੋਈ ਕੱਪੜੇ ਲੈ ਕੇ ਜਾਂ ਕੋਈ ਹੋਰ ਲੈ ਕੇ ਨਹੀਂ ਆਇਆ, ਮੇਰਾ ਮਿਸ਼ਨ ਇੱਕੋ ਆ। ਮੇਰਾ ਮਿਸ਼ਨ ਬੇਟੀ ਬਚਾਓ ਬੇਟੀ ਪੜ੍ਹਾਓ, ਨਾਲ ਰੁੱਖ ਵੀ ਲਾਓ ਜਿਹਨੇ ਤੁਹਾਨੂੰ ਸਾਧ ਪਾਉਣਾ। ਨੋਟ ਰੱਖਿਓ, ਜਿਹੜੀ ਧੀ ਆ ਤੁਹਾਡੇ ਹੱਥਾਂ 'ਚ ਸੇਫ ਆ। ਅੱਜ ਬਾਹਰ ਕਿਸੇ ਵੀ ਕਿਸਮ ਦੇ ਲੋਕ ਉਹ ਕ੍ਰਾਈਮ 'ਤੇ ਤਰੂਪ 'ਚ ਫਿਰਦੇ ਨੇ, ਤੁਹਾਡੀ ਧੀ ਤੁਹਾਡੀ ਆ। ਤੁਹਾਡੇ ਕੋਲ ਕੋਈ ਪਤਾ ਨਹੀਂ ਕਿਹੜੇ ਬੰਦੇ 'ਚ ਪ੍ਰੇਤ ਆਤਮਾ ਪ੍ਰਵੇਸ਼ ਕਰ ਜਾਵੇ।
ਜੇ ਬਲਾਤਕਾਰ ਹੁੰਦਾ ਉਹ ਕਿਸੇ ਨੂੰ ਪੁੱਛ ਕੇ ਨਹੀਂ ਹੁੰਦਾ ਵੀ ਕਿਹੜੇ ਧਰਮ ਦਾ, ਕਿਹੜੀ ਜਾਤੀ ਦਾ, ਕਿਹੜਾ ਬੰਦਾ ਹੈ। ਤੁਸੀਂ ਆਪਦੀਆਂ ਧੀਆਂ ਨੂੰ ਆਪਦੇ ਹੱਥ 'ਚ ਸੇਫ ਰੱਖਿਓ, ਕਿਸੇ 'ਤੇ ਵੀ ਵਿਸ਼ਵਾਸ ਨਾ ਕਰਿਓ। ਤੁਹਾਡੇ ਕੋਲ ਚਾਹੇ ਉਹ ਸਿਮਲਾਪੁਰੀ ਕਾਂਡ ਹੋਵੇ, ਉਹ ਅੱਜ ਵੀ ਧੀ ਰੋਂਦੀ ਆ ਜਿਹੜੀ ਧੀ ਨੂੰ ਮਾਰ ਕੇ ਆਂਢ ਗੁਆਂਢ ਦੀ ਦੁਸ਼ਮਣ ਜਾਈ ਨੇ ਦੱਬਦਾ। ਪਰ ਨੋਟ ਰੱਖਿਓ, ਜੇ ਤੁਹਾਡੀ ਧੀ ਤੁਹਾਡੇ ਹੱਥ ਸੇਫ ਆ, ਅੱਜ ਸਾਨੂੰ ਆਪਦੇ ਬਾਪ 'ਤੇ, ਆਪਦੇ ਭਾਈ 'ਤੇ, ਕਿਸੇ 'ਤੇ ਵੀ ਵਿਸ਼ਵਾਸ ਨਹੀਂ ਗਾ। ਜਦੋਂ ਕੋਈ ਜਵਾਕ ਨੂੰ ਲੈ ਕੇ ਜਾਂਦਾ ਘਰੋਂ, ਤੁਹਾਨੂੰ ਨਹੀਂ ਪਤਾ ਲੱਗਦਾ ਤੁਹਾਡੀ ਗਲੀ 'ਚ ਖੇਡਦੀ ਜਵਾਕ ਨੂੰ ਕਿੱਥੇ ਲੈ ਜਾਂਦਾ, ਕੌਣ ਲੈ ਜਾਂਦਾ, ਕਿਸੇ ਨੂੰ ਨਹੀਂ ਪਤਾ। ਜੇ ਤੁਸੀਂ ਆਪਦੇ ਕੰਮਕਾਰ ਠੀਕ ਆ, ਕੰਮਕਾਰ ਕਰਨੇ ਜ਼ਰੂਰੀ ਨੇ, ਪਰ ਆਪਦੀਆਂ ਬੱਚੀਆਂ ਦੀ ਵੀ ਸੇਫਟੀ ਕਰਨਾ ਤੁਹਾਡਾ ਧਰਮ ਬਣਦਾ। ਚਾਹੇ ਤੁਸੀਂ ਕਿਸੇ ਵੀ ਧਰਮ 'ਚ ਰਹਿੰਦੇ ਹੋ, ਤੁਸੀਂ ਆਪਦਾ ਧਰਮ ਬਣਦਾ, ਕਿਉਂਕਿ ਤੁਹਾਡੀਆਂ ਧੀਆਂ ਤੁਹਾਡੀਆਂ ਨੇ, ਕਿਸੇ ਹੋਰ ਦੀਆਂ ਨਹੀਂ। ਮੈਂ ਜਿੰਨੇ ਵੀ ਇੱਥੇ ਸਾਈਂ ਜੀ ਦੇ ਦਰਬਾਰ ਨਾਲ ਜੁੜੇ ਹੋਏ ਨੇ, ਮੈਂ ਸਿਰ ਮੱਥੇ ਉਹਨਾਂ ਨੂੰ ਸਿਰ ਝੁਕਾਉਣਾ, ਕਿਉਂਕਿ ਬਾਈ ਜੀ ਤੁਸੀਂ ਅੱਜ ਇਸ ਦਰਬਾਰ ਸੱਦ ਕੇ ਸਾਨੂੰ ਇਹ ਧੀਆਂ ਦਾ ਜਿਹੜਾ ਸਤਿਕਾਰ ਦਵਾਇਆ, ਬਹੁਤ ਵੱਡੀ ਗੱਲ ਆ ਤੁਹਾਡੀ। ਠੀਕ ਆ, ਹਰੇਕ ਬੰਦੇ ਦਾ ਆਪਦਾ ਆਪਦਾ ਧਰਮ ਆ, ਆਪਦਾ ਆਪਦਾ ਕਰਮ ਆ ਹਰੇਕ ਬੰਦੇ ਦਾ, ਪਰ ਸਾਡਾ ਧਰਮ ਇਨਸਾਨੀਅਤ ਆ। ਸਭ ਤੋਂ ਵੱਡਾ ਧਰਮ ਸਾਡਾ ਇਨਸਾਨੀਅਤ ਆ, ਬਾਕੀ ਧਰਮ ਬਾਅਦ 'ਚ ਆਉਂਦੇ ਨੇ। ਜੇ ਤੁਸੀਂ ਚੰਗੇ ਇਨਸਾਨ ਹੋਵੋਗੇ ਤਾਂ ਚੰਗੇ ਧਰਮੀ ਵੀ ਹੋਵੋਗੇ, ਕਿਉਂਕਿ ਹਰੇਕ ਬੰਦੇ ਦਾ। ਸਾਈਂ ਜੀ, ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਕੋਈ ਕੁੜੀ ਦੀ ਐਜੂਕੇਸ਼ਨ ਆ ਜਾਂ ਪੜ੍ਹਨ ਯੋਗ ਆ ਜਾਂ ਵਿਆਹਣ ਯੋਗ ਆ ਜਾਂ ਕਿਸੇ ਵੀ ਕਿਸਮ ਦਾ, ਮੇਰੇ ਕੋਲ ਨੋਟ ਰੱਖਿਓ ਗੱਲ। ਅੱਜ ਸੱਜਣੋ ਮੈਂ ਸਾਰਿਆਂ ਨੂੰ ਕਹਿਣਾ, ਮੈਨੂੰ ਨਹੀਂ ਪਤਾ ਕੌਣ ਪੋਲੀਟੀਕਲ ਪਾਰਟੀ ਦਾ ਖੜਾ, ਕੌਣ ਨਹੀਂ। ਆਪਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਸੰਬੰਧ ਨਹੀਂ ਰੱਖਦੇ। ਤੁਸੀਂ ਆਪਦੇ ਜਿਹਨੂੰ ਮਰਜ਼ੀ ਵੋਟ ਜਾਂ ਨੋਟ ਦਿਓ, ਤੁਹਾਡੇ ਘਰ ਸਾਡਾ ਬੰਦਾ ਕੋਈ ਪਰਚੀ ਕੱਟਣ ਨਹੀਂ ਜਾਂਦਾ। ਸਾਡੇ ਕੋਲ ਆ ਜਿੰਨੇ ਸੱਜਣ ਖੜੇ ਨੇ, ਨੋਟ ਕਰ ਲਿਓ ਸੱਜਣੋ, ਅਸੀਂ ਕਿਸੇ ਤੋਂ ਪਰਚੀ ਲੈਣ ਨਹੀਂ ਜਾਂਦੇ, ਨਾ ਗ੍ਰਾਹੀ ਕਰਨ ਜਾਂਦੇ ਹਾਂ, ਸਿਰਫ ਆਪਦੀਆਂ ਜੇਬਾਂ 'ਚੋਂ ਖਰਚਾ ਕਰਦੇ ਹਾਂ ਜਿੰਨਾ ਵੀ ਕਰਦੇ ਹਾਂ। ਤੁਸੀਂ ਆਪਦੀਆਂ ਧੀਆਂ ਨੂੰ ਜਿਹੋ ਜਿਹੀ ਲੋੜ ਹੋਊਗੀ ਤੁਸੀਂ ਦਰਬਾਰ 'ਤੇ ਦੱਸ ਸਕਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਉਹ ਤੁਹਾਡੇ ਜਿਹੜੇ ਲੋੜ ਹੋਣਗੀਆਂ ਉਹ ਪੂਰੀਆਂ ਕਰਨ ਦੀਆਂ, ਚਾਹੇ ਪੜ੍ਹਾਈ ਵਿਸ਼ੇ 'ਤੇ ਜਾਂ ਕਿਸੇ ਵੀ ਵਿਸ਼ੇ 'ਤੇ। ਪਰ ਨੋਟ ਜ਼ਰੂਰ ਧਿਆਨ ਰੱਖਿਓ, ਆਪਦੀਆਂ ਧੀਆਂ ਨੂੰ ਸੇਫਟੀ 'ਚ ਰੱਖਿਓ। ਜੇ ਤੁਸੀਂ ਮਾਵਾਂ ਆ ਨਾ, ਤੁਹਾਨੂੰ ਵੀ ਤੁਹਾਡੀਆਂ ਮਾਵਾਂ ਨੇ ਪਾਲਿਆ ਬਹੁਤ ਸੇਫਟੀ 'ਚ ਰੱਖ ਕੇ। ਜਦੋਂ ਬੁੱਕਲ 'ਚ ਹੁੰਦੀ ਹੈ ਨਾ ਧੀ ਮਾਂ ਦੀ, ਉਹ ਸੇਫ ਹੁੰਦੀ ਆ। ਹੁਣ ਮੈਂ ਜਿੰਨੇ ਵੀ ਸਾਈਂ ਦੇ ਦਰਬਾਰ 'ਤੇ ਖੜ੍ਹੇ ਨੇ ਸਾਰੇ ਸੱਜਣ, ਵੀ ਆਪਾਂ ਇੱਕ ਤਾਂ ਠੰਡ ਦਾ ਸਮਾਂ, ਆਪਾਂ ਲੋਹੜੀਆਂ ਪਾਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਹੱਥ ਵੀ ਮੋੜ ਲੱਗੇ ਹੋਏ ਨੇ, ਹੈ ਨਾ, ਕਿਉਂਕਿ ਕੱਦੀਆਂ ਬੈਠੀਆਂ ਨੇ ਬੀਬੀਆਂ ਅਤੇ ਤਕਰੀਬਨ ਵੀ ਹਾਂ, ਕਿਉਂਕਿ ਦੇਖੋ ਇੱਧਰ ਸਾਡਾ ਬਾਈ ਜੀ 15 ਸਾਲ ਤੋਂ ਚੱਲਦਾ, ਹਰ ਸਾਲ 5 ਥਾਵਾਂ ਹੁੰਦਾ ਪ੍ਰੋਗਰਾਮ। ਔਰ ਮੈਂ ਉਹ ਇਨਸਾਨਾਂ 'ਚ ਖੜ੍ਹਾ ਜਿੱਥੇ 52 ਪਿੰਡ ਦੀ 500-600 ਕੁੜੀ ਇਕੱਠੀ ਕਰਕੇ ਅਸੀਂ ਲੋਹੜੀ ਪਾਉਂਦੇ ਹਾਂ, ਕਿਉਂਕਿ ਇਹ ਜਿਹੜਾ ਚੱਲਿਆ ਹੋਇਆ ਸਮਾਗਮ ਆ, ਇਹ ਕਢਾਣੀ ਨਗਰ ਗੁਰਦੁਆਰਾ ਚੋਲਾ ਸਾਹਿਬ, ਜਿੱਥੇ 52 ਕਲੀਆਂ ਦਾ ਮਹਾਰਾਜ ਦਾ ਚੋਲਾ ਸਾਹਿਬ ਪਿਆ, ਉਸ ਨਗਰ ਤੋਂ ਚੱਲਿਆ ਹੋਇਆ, ਇਹ ਵੱਡਾ ਕਾਫਲੇ ਦੇ ਰੂਪ ਚੱਲਿਆ ਹੋਇਆ। ਜੇ ਕੋਈ ਕਹਿੰਦਾ ਲੋਹੜੀਆਂ ਮਨਾਉਂਦੇ ਹਾਂ ਅਸੀਂ ਉੱਥੋਂ, ਅਸੀਂ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦੇ, ਸਾਈਂ ਜੀ ਦੇ ਦਰਬਾਰ ਖੜ੍ਹੇ, ਅਸੀਂ 1 ਰੁਪਇਆ ਵੀ ਲੈਤਾ ਇਹਨਾਂ ਤੋਂ। ਜਿਹੜਾ ਖਰਚਾ ਜਿਹੜਾ ਸਾਡਾ ਕੱਪੜੇ ਲੀੜੇ ਦਾ ਧੀਆਂ ਨੂੰ ਦੇ ਕੇ ਜਾਣਾ, ਉਹ ਸਾਡੇ ਕਲੱਬ ਵੱਲੋਂ ਹੁੰਦਾ, ਉਹ ਅਸੀਂ ਜ਼ਰੂਰ ਸਾਡੇ ਦਿਲੋਂ। ਫਿਰ ਬੇਨਤੀ ਹੈ ਸਾਈਂ ਜੀ ਨੂੰ, ਜੇ ਕੋਈ ਲੋੜਵੰਦ ਧੀ ਹੋਵੇ ਨਾ, ਨੋਟ ਰੱਖਿਓ ਪੜ੍ਹਾਈ ਦੇ ਲੋੜ 'ਚ,
ਜਾਂ ਕਿਸੇ ਵੀ ਕਿਸਮ ਦਾ ਲੋੜ ਹੋਵੇ, ਜਿੰਨੇ ਜੋਗੇ ਹੋਏ ਅਸੀਂ ਤੁਹਾਡੇ ਨਾਲ ਖੜਾਂਗੇ। ਬਾਕੀ ਦਾ ਮਹਾਰਾਜ ਆਪ ਜਾਣਦਾ, ਜਿਹਤੋਂ ਸੇਵਾ ਲੈਣੀ ਆ ਉੱਥੋਂ ਲੈਣੀ ਆ। ਅਤੇ ਇੱਕ ਮੈਂ ਸਾਈ ਜੀ ਦੀ ਜਿਹੜੀ ਮਾਤਾ ਜੀ ਆ, ਇੱਕ ਇਹਨਾਂ ਦਾ ਫਾਦਰ ਸਾਹਿਬ, ਉਹ ਮੇਰੇ ਕੋਲ ਇੱਥੇ ਮੂਹਰੇ ਜ਼ਰੂਰ ਆਉਣਾ, ਕਿਉਂਕਿ ਇਹਨਾਂ ਦਾ ਸਤਿਕਾਰ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਤਿਕਾਰ ਕਰਦਾ। ਜੇ ਉਹਦੀ ਮਾਂ ਨੇ ਸਾਈ ਨੂੰ ਜਨਮ ਦਿੱਤਾ ਤਾਂ ਇੱਥੇ ਅਸੀਂ ਆਏ ਹਾਂ, ਨਹੀਂ ਸਾਨੂੰ ਵੀ ਕਿਹਨੇ ਸੱਦਣਾ ਸੀਗਾ ਇੱਥੇ। ਜ਼ਰੂਰ ਜਾਣ ਕੇ ਇਹ ਧਿਆਨ 'ਚ ਰੱਖਿਓ, ਇਹ ਤਾਂ ਧੀਆਂ ਦਾ ਸਤਿਕਾਰ ਆ। ਜਿੰਨਾ ਧੀਆਂ ਦਾ ਸਤਿਕਾਰ ਕਰਕੇ ਜਾਵਾਂਗੇ ਅਸੀਂ, ਓਨਾ ਹੀ ਸਾਨੂੰ ਮਾਂ ਗੁਜਰੀ ਸਾਡਾ ਵੱਧ ਤੋਂ ਵੱਧ ਸਾਥ ਦਿੰਦੀ ਆ, ਸਾਨੂੰ ਵੱਧ ਤੋਂ ਵੱਧ ਸੰਜੋਗ ਦਿੰਦੀ ਆ। ਧੰਨਵਾਦ ਮੈਂ ਕਰਦਾ ਇਹਨਾਂ ਧੀਆਂ ਦਾ, ਧੰਨਵਾਦ ਧੀਆਂ ਦਾ ਕਰਦਾ ਮੈਂ। ਬਿਲਕੁਲ ਆਪਾਂ ਨੂੰ ਬਹੁਤ ਅਹਿਸਾਸ ਆ, ਮੇਰੀਆਂ ਭੈਣਾਂ ਨੇ ਮੇਰੇ ਆ ਗੱਲਾਂ ਸੁਣੀਆਂ ਨੇ। ਭੈਣੋ ਨੋਟ ਰੱਖਿਓ, ਤੁਸੀਂ ਐਨ ਖੁਸ਼ ਰੱਖੋ ਆਪਦੀਆਂ ਧੀਆਂ ਨੂੰ, ਆਪਦੀਆਂ ਕਸ਼ਟ ਝੱਲ ਕੇ, ਹੈ ਨਾ। ਬਿਲਕੁਲ ਮੈਨੂੰ ਅੱਜ ਅਹਿਸਾਸ ਹੁੰਦਾ ਵੀ ਹਾਂ, ਮੇਰੀਆਂ ਗੱਲਾਂ ਸੁਣਨ ਵਾਲੀਆਂ ਮੇਰੀਆਂ ਭੈਣਾਂ ਬੈਠੀਆਂ ਨੇ, ਉਹ ਧੀਆਂ ਸਾਰੀਆਂ ਬੱਚੀਆਂ ਲੈ ਕੇ ਬੈਠੀਆਂ ਨੇ। ਤੁਸੀਂ ਕਿਸੇ ਵੀ ਧਰਮ ਕਿਸੇ ਵੀ ਮਜ਼ਹਬ 'ਚੋਂ ਪੱਕੇ ਰਹੋ, ਉੱਥੇ ਤੁਸੀਂ ਹਰ ਇੱਕ ਧਰਮ ਦਾ ਸਤਿਕਾਰ ਕਰੋ, ਅਤੇ ਆਪਦੀਆਂ ਧੀਆਂ ਦਾ, ਖਾਸ ਕਰਕੇ ਆਪਦੀਆਂ ਧੀਆਂ ਦਾ ਸਭ ਤੋਂ ਵੱਧ ਪਿਆਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਜੈ ਗੁਰਦੇਵ। ਬੜੀ ਸੋਹਣੀ ਗੱਲ ਕੀਤੀ ਵੀਰ ਜੀ ਨੇ ਪਹਿਲਾਂ, ਅਤੇ ਮੇਰਾ ਮਨ ਕੀਤਾ ਕਿ ਮੈਂ ਇੱਕ ਗੱਲ ਹੋਰ ਕਵਾਂ, ਜਾ ਕੇ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਿਰਫ 2 ਜਾਂ 3 ਮਿੰਟ ਦੇ ਵਿੱਚ ਆਪਣੀ ਗੱਲ ਪੂਰੀ ਕਰਨਾ ਚਾਹਾਂਗੀ। ਜੁੱਡੋ ਕਰਾਟੇ ਸਿਖਾਓ ਕਿ ਉਹਦੇ ਨਾਲ ਕੁਛ ਗਲਤ ਹੋ ਰਿਹਾ ਤਾਂ ਆਪਣੀ ਰਕਸ਼ਾ ਕਰ ਸਕੇ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹਨਾਂ ਜਿਹੜੋ ਸਾਡੇ ਘਰ 'ਚ ਪੁੱਤ ਜਨਮ ਲੈਂਦਾ ਇੱਕ ਔਰਤ ਦਾ, ਮੈਂ ਇੱਕ ਔਰਤ ਹੋਣ ਦੇ ਨਾਤੇ ਇਹ ਜ਼ਰੂਰ ਕਵਾਂਗੀ ਕਿ ਇੱਕ ਔਰਤ ਜਦ ਮਾਂ ਬਣਦੀ ਆ ਉਹ ਇੱਕ ਪੁੱਤ ਆਪਣੇ ਘਰ ਜਨਮ ਲੈਂਦਾ ਵਾ, ਅਤੇ ਇੱਕ ਮਾਂ ਆਪਣੇ ਪੁੱਤ ਨੂੰ ਇਹ ਸੰਸਕਾਰ ਦੇਵੇ ਕਿ ਤੂੰ ਚੰਗਾ ਮੁੰਡਾ ਕਿਵੇਂ ਬਣਨਾ ਵੈ, ਚੰਗਾ ਭਰਾ ਕਿਵੇਂ ਬਣਨਾ ਵੈ, ਚੰਗਾ ਪਤੀ ਕਿਵੇਂ ਬਣਨਾ ਵੈ, ਅਤੇ ਸਮਾਜ ਦੇ ਵਿੱਚ ਇੱਕ ਚੰਗਾ ਇਨਸਾਨ ਕਿਵੇਂ ਬਣਨਾ ਹੈ। ਅਤੇ ਰੇਪ ਆਪਣੇ ਆਪ ਨਹੀਂ ਹੋਣਗੇ, ਧੀਆਂ ਜਿੱਥੇ ਮਰਜ਼ੀ ਚਲੀਆਂ ਜਾਣ। ਜੈ ਹਿੰਦ। ਅੱਜ ਸਾਡੇ ਘਰੇ ਪ੍ਰੇਤ ਬੈਠੇ ਨੇ ਭੈਣ ਮੇਰੀਏ, ਜਿਨ੍ਹਾਂ ਨੇ ਸਾਨੂੰ ਸਿੱਖਿਆ ਦੇਣੀ ਤੀ ਨਾ। ਨੋਟ ਕਰਿਓ ਭੈਣੇ ਮੇਰੀ, ਇੱਕ ਮਿੰਟ ਭੈਣੇ ਖੜ ਜਾਓ। ਹੁਣ ਪਹਿਲਾਂ ਮੇਰੀ ਸੱਜਣੋ, ਜਿਹੜੇ ਬਾਹਰਲੇ ਲੋਕ ਨਜ਼ਰ ਰੱਖੀ ਬੈਠੇ ਨੇ ਤੁਹਾਡੇ ਘਰ 'ਤੇ, ਤੁਹਾਡੇ ਘਰ 'ਤੇ, ਉਹਨਾਂ ਦੀ ਨਜ਼ਰ ਤੁਹਾਡੇ ਘਰ 'ਤੇ ਆ ਵੀ ਇਹਦਾ ਬੱਚਾ, ਇਹਦੀ ਧੀ, ਇਹਦਾ ਬੱਚਾ, ਇਹਦੀ ਧੀ, ਇਹਦੇ ਘਰ ਵਾਲਾ ਕਿੱਦਾਂ ਅਸੀਂ ਬਰਬਾਦ ਕਰਨਾ, ਉਹਨੂੰ ਕਿੱਥੋਂ ਤੁਸੀਂ ਕਰੋਗੇ? ਕਿਉਂਕਿ ਜੇ ਪਰਮਾਤਮਾ ਨਾਲ ਜੁੜੇ ਹੋਵੋਗੇ ਨਾ ਤਾਂ ਹੀ ਬਚ ਸਕੋਗੇ। ਬਸ ਇੰਨੀਆਂ ਕੁ ਗੱਲ ਕਰਾਂ ਮੈਂ ਵੀ ਮੇਰੀਆਂ ਭੈਣੇ, ਮਹਾਰਾਜ ਗੁਜਰੀ ਦੀ ਨਾਂ ਲੈ ਕੇ ਚੱਲਦੇ ਹਾਂ ਅਸੀਂ, ਜਿਹੜੀ ਧੀ ਨੂੰ ਅਸੀਂ ਕਹੀਦੇ ਮਾਂ ਗੁਜਰੀ ਦੀ, ਇੱਕੋ ਗੱਲ ਸੰਦੇਸ਼ ਲੈ ਕੇ ਜਾਂਦਾ, ਤੁਸੀਂ ਆਪਦੀਆਂ ਭੈਣਾਂ ਨੂੰ ਪੜ੍ਹਾਓ, ਬਾਹਰ ਕਲਯੁੱਗ ਦਾ ਨੰਗਾ ਨਾਚ ਨੱਚਦਾ ਇਹ ਤੋਂ ਬਚਾਓ। ਬਸ ਇੰਨੀਆਂ ਕੁ ਕਹਿਣਾ। ਮੇਰੀ ਭੈਣ ਮੇਰੇ ਤੋਂ ਸ਼ਾਇਦ ਸਿਆਣੀ ਵੀ ਹੋ ਸਕਦੀ ਆ, ਕਿਉਂਕਿ ਦੇਖੋ ਧੀਆਂ ਸਿਆਣੀਆਂ ਹੀ ਹੁੰਦੀਆਂ ਨੇ। ਅਸੀਂ ਕਿਸੇ ਨਾਲ ਕੰਟਰੋਵਰਸੀ 'ਚ ਨਹੀਂ ਪੈਂਦੇ, ਅਸੀਂ ਇੱਕ ਚੀਜ਼ ਕਹਿੰਦੇ ਹਾਂ, ਬਾਹਰ ਤੁਹਾਡੇ ਘਰਾਂ 'ਤੇ, ਨੋਟ ਕਰ ਲਿਓ, ਬਾਹਰ ਤੁਹਾਡੇ ਘਰਾਂ 'ਤੇ ਅੱਖਾਂ ਰੱਖੀ ਬੈਠੇ ਨੇ, ਇਹਦੇ ਪੁੱਤ ਦੇ ਸਿਰ 'ਤੇ ਪੱਗ ਬੰਨੀ ਹੋਈ ਆ ਕਿਵੇਂ ਲਾਉਣੀ ਆ, ਇਹਦੇ ਬੱਚਾ ਕਿਵੇਂ ਚਿੱਟੇ 'ਤੇ ਲਾਉਣਾ, ਚਿੱਟਾ ਕੋਈ ਆ ਕੇ ਬਾਹਰੋਂ ਨਹੀਂ ਆ ਕੇ ਦੇ ਕੇ ਜਾਂਦਾ, ਤੁਹਾਡੇ ਘਰ 'ਚ ਨਹੀਂ ਆ ਕੇ ਦੇ ਕੇ ਜਾਂਦਾ, ਉਹ ਤੁਹਾਨੂੰ ਦੇਖਦਾ ਵੀ ਇਹਦਾ ਕੰਮ ਕਾਰ ਕਿਵੇਂ ਚੱਲਦਾ। ਜਿਹੜਾ ਬੱਚਾ ਸਾਈ ਬਣਿਆ ਹੋਇਆ, ਇਹਦੀ ਮਾਂ ਨੂੰ ਪਹਿਲਾਂ ਵਧਾਈ ਦਿੱਤੀ ਆ ਅਸੀਂ ਵੀ ਇਹ ਬੱਚਿਆਂ ਨੂੰ ਵਧੀਆ ਐਜੂਕੇਟ ਕਰਦਾ, ਅੱਜ ਇਹਦੇ ਕਰਕੇ ਖੜ੍ਹੇ ਹਾਂ। ਜੇ ਅਸੀਂ ਅੱਜ ਆ ਸਾਰੇ ਖੜ੍ਹੇ ਨੇ ਮੇਰੇ ਵੀਰ,
ਮੈਨੂੰ ਨਹੀਂ ਪਤਾ ਮੈਂ ਇੱਥੇ ਕਿਉਂ ਆਇਆ। ਪ੍ਰਧਾਨ ਸਾਹਿਬ ਖੜ੍ਹੇ ਨੇ, ਆ ਜਾਓ ਬਾਹਰ। ਆਹ ਸੱਜਣ ਮੈਨੂੰ ਲੈ ਕੇ ਆਇਆ, ਮੇਰੇ ਕੋਲ ਟਾਈਮ ਨਹੀਂ ਹੁੰਦਾ ਕਦੇ ਕਿਸੇ ਨੂੰ ਵੀ ਦੇਣ ਦਾ। ਮੈਂ ਮਹਾਰਾਜ ਦੀ ਕਿਰਪਾ ਨਾਲ ਆਪਦੇ ਪਰਿਵਾਰ ਨੂੰ 11 ਮਹੀਨੇ ਦਿੰਦਾ, 1 ਮਹੀਨਾ ਕੁੜੀਆਂ ਦੇ ਨਾਂ 'ਤੇ ਦਿੰਦਾ। ਉਹ ਜਿੱਥੇ ਮਰਜ਼ੀ ਧੀਆਂ ਬੈਠੀਆਂ ਪੁਕਾਰ ਕਰਨ, ਮੈਂ ਉੱਥੇ ਪਹੁੰਚਣਾ। ਜਿੰਨੀ ਮੇਰੇ 'ਚ ਸਮਰੱਥਾ ਹੁੰਦੀ ਆ ਉਹਨਾਂ ਲੈ ਕੇ ਪਹੁੰਚਣਾ। ਮੈਂ ਕਿਸੇ 'ਤੇ ਧੀ 'ਤੇ ਸਾਨ ਨਹੀਂ ਕਰਦਾ, ਕਿਸੇ ਸਾਈਂ 'ਤੇ ਸਾਨ ਨਹੀਂ ਕਰਕੇ। ਬਾਬਾ ਜੀ ਦੇ ਦਰਬਾਰ 'ਤੇ ਜਿਨ੍ਹਾਂ ਦਾ ਐਡਾ ਐਡਾ ਦਾੜਾ, ਮਹਾਰਾਜ ਦਾ ਪ੍ਰਕਾਸ਼ ਆ, ਉਹ ਕਿੱਦਾਂ ਦੀਆਂ ਰੂਹਾਂ 'ਤੀਆਂ, ਕਿੱਦਾਂ ਉਹਨਾਂ ਦੀ ਭਗਤੀ ਕੀਤੀ ਦੀ ਕਿੱਦਾਂ ਦੀ। ਪਰ ਸਮਾਂ ਕਿਸੇ ਦੇ ਬੰਨਿਆ ਨਹੀਂ ਰਹਿੰਦਾ। ਅਸੀਂ ਸਤਿਕਾਰ ਕਰਦੇ ਹਾਂ ਸਾਡੀਆਂ ਧੀਆਂ ਦਾ। ਮੇਰਾ ਮਤਵਲ ਇੰਨਾ ਹੀ ਕਹਿਣ ਦਾ, ਬਾਹਰ ਚਾਹੇ ਅੱਜ ਧੀ ਭੈਣ ਦਾ ਕੰਮ ਕਹਿਣਾ ਸਹੀ ਸੀ ਵੀ ਅੱਜ ਘਰੇ ਵੀ ਸੇਫ ਨਹੀਂ, ਬਾਹਰ ਵੀ ਨਹੀਂ ਸੇਫ। ਉਹ ਕਿੱਥੇ ਜਾਵੇ ਕਿੱਥੇ ਫਿਰ, ਜੇ ਜਾਵੇ ਕਿੱਥੇ? ਨਾ ਉਹ ਘਰ ਸੇਫ ਆ ਨਾ ਬਾਹਰ ਸੇਫ ਆ, ਜਾਊ ਕਿੱਥੇ? ਜਾਊ ਤਾਂ ਆਪਦੀ ਮਾਂ ਦੀ ਬੁੱਕਲ 'ਚ ਜਾਊਗੀ, ਉਹ ਸੇਫ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਜੋ ਧੀਆਂ ਦੀਆਂ ਲੋਹੜੀਆਂ ਦਾ ਸਮਾਗਮ ਹੈ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਰੁੱਖ ਲਗਾਓ, ਇਹ ਜਿਹੜਾ ਕਾਰਜ ਹੈ ਕੰਨਿਆ ਕਲੱਬ ਘੁੜਾਣੀ ਕਲਾਂ ਵੱਲੋਂ ਜੋ ਕਰਵਾਇਆ ਜਾਂਦਾ ਹੈ, ਇਹ ਸੰਸਥਾ ਦੇ ਬਾਨੀ ਜਗਤਾਰ ਸਿੰਘ ਜੀ ਘੁੜਾਣੀ, ਪ੍ਰਧਾਨ ਸਾਹਿਬ ਤਰਸੇਮ ਸਿੰਘ ਜੀ ਪਮਾਲ, ਜੋ ਇਹ ਸੰਸਥਾ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਵੱਲ ਲੈ ਕੇ ਜਾ ਰਹੇ ਨੇ। ਅਲੱਗ ਅਲੱਗ ਪੰਜਾਬ ਦੇ ਇਲਾਕਿਆਂ ਦੇ ਵਿੱਚ ਧੀਆਂ ਦੀਆਂ ਲੋਹੜੀਆਂ ਮਨਾ ਰਹੇ ਨੇ, ਜੋ ਇਹ ਜਿਹੜਾ ਇੱਕ ਵੱਡਾ ਕਦਮ ਇਹਨਾਂ ਨੇ ਚੁੱਕਿਆ ਹੈ, ਜਿਹੜਾ ਕਿ ਸਰਕਾਰਾਂ ਨਹੀਂ ਕਰਦੀਆਂ, ਸਰਕਾਰਾਂ ਦੇ ਵੱਸ ਦੀ ਗੱਲ ਵੀ ਨਹੀਂ, ਇਹ ਜੋ ਕਾਰਜ ਹੈ ਇਹ ਸੰਸਥਾਵਾਂ ਕਰਦੀਆਂ ਨੇ। 17 ਸਾਲ ਤੋਂ ਜਗਤਾਰ ਸਿੰਘ ਜੀ ਘੜਾਣੀ ਜੋ ਇਹ ਸੰਸਥਾ ਦੇ ਬਾਨੀ ਹਨ, ਇਹਦਾ ਬੀੜਾ ਲੈ ਕੇ ਚੱਲੇ ਹਨ। ਸਾਡੇ ਤਰਸੇਮ ਸਿੰਘ ਜੀ ਪ੍ਰਧਾਨ ਪਮਾਲ ਜੋ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹਨ, ਔਰ ਇੱਥੇ ਦੇ ਪ੍ਰਬੰਧਕ ਕਮੇਟੀ ਇਹਨਾਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਚੇਚੇ ਤੌਰ ਦੇ ਉੱਤੇ ਨਗਿੰਦਰ ਸਿੰਘ ਜੀ ਪੰਜਾਬ ਇੰਟਰਨੈਸ਼ਨਲ ਹੋਮ ਰਾਈਟ ਦੇ ਇੱਥੇ ਪੰਜਾਬ ਪਹੁੰਚੇ ਹਨ, ਉਹਨਾਂ ਦੇ ਨਾਲ ਭਗਵਾਨ ਸਿੰਘ ਜੀ ਪਹੁੰਚੇ ਹਨ, ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਕਰਦੇ ਹਾਂ। ਸਾਰੇ ਨਗਰ ਨਿਵਾਸੀਆਂ ਦਾ, ਸਾਰੇ ਇਲਾਕਾ ਨਿਵਾਸੀਆਂ ਦਾ, ਇੱਥੇ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਲੱਖ ਲੱਖ ਵਧਾਈ। ਅੱਗੇ ਤੋਂ ਵੀ ਇਹੋ ਜਿਹੇ ਪ੍ਰੋਗਰਾਮ ਇਹ ਉਲੀਕਣ, ਅਸੀਂ ਇਹਨਾਂ ਦਾ ਸਾਥ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਕੌਮੀ ਪ੍ਰਧਾਨ ਮੋਹਨ ਸਿੰਘ ਕਟਾਰੀਆ, ਜਿਹੜੇ ਬਾਬਾ ਸ੍ਰੀ ਚੰਦ ਉਦਾਸੀ ਸੰਪਰਦਾ ਦੇ ਨੇ, ਇਹਨਾਂ ਨੇ ਵੀ ਆਪਣੇ ਦਿਲ ਦੇ ਬਲਬਲੇ ਕੱਢੇ ਨੇ, ਕਿਉਂਕਿ ਹਰ ਇੱਕ ਬੰਦੇ ਦਾ ਆਪਦੀ ਭਾਵਨਾ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ TRC ਘੁੜਾਣੀ, ਜੋ ਲੋਕਾਂ ਦੀ ਆਵਾਜ਼ ਲੋਕਾਂ ਦੇ ਨਾਲ ਹੁੰਦਿਆਂ, ਕਿਉਂਕਿ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਆਪਣਾ ਪੜਾਅ ਲੈ ਕੇ ਜਲੰਧਰ ਬਾਈਪਾਸ, ਜਿਹੜਾ ਇਹ ਗੁਰੂ ਹਰ ਰਾਏ ਨਗਰ ਆ, ਇੱਥੇ ਅੱਜ ਤਕਰੀਬਨ ਵੀ ਆਪਾਂ 21 ਕੁੜੀਆਂ ਦੀ ਲੋਹੜੀ ਪਾਈ ਤੀ, ਜੋ ਆਇਤ ਕਿ ਇਹ 2024 ਦਾ ਆਪਣਾ ਚੌਥਾ ਸਮਾਗਮ ਆ। ਨਗਿੰਦਰ ਸਿੰਘ ਜੀ, ਮੈਂ ਹਿਊਮਨ ਰਾਈਟ ਚੇਅਰਮੈਨ ਜੀ ਪੰਜਾਬ, ਅਤੇ ਅੱਜ ਤੁਸੀਂ ਇੱਥੇ ਆਏ ਹੋ ਲੋਹੜੀਆਂ 'ਤੇ, ਕਿੱਦਾਂ ਲੱਗਿਆ ਇੱਥੇ ਦਾ? ਬਹੁਤ ਸ਼ਲਾਘਾਯੋਗ ਕਦਮ ਆ ਜੀ, ਜੋ ਸਾਈਂ ਦਰਬਾਰ 'ਤੇ ਕੁੜੀਆਂ ਦੀ ਲੋਹੜੀ ਮਨਾਈ ਗਈ ਆ, ਜੋ ਇਸ ਦੀ ਸੋਸਾਇਟੀ ਆ, ਜੋ ਪ੍ਰਬੰਧਕ ਨੇ ਸਾਈਂ ਦਰਬਾਰ ਦੇ,
ਉਹਨਾਂ ਨੂੰ ਮੈਂ ਬਹੁਤ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਅਤੇ ਬਹੁਤ ਸ਼ਲਾਘਾਯੋਗ ਕਦਮ ਜਿਹੜਾ ਕੀਤਾ ਜੋ ਕੁੜੀਆਂ ਦੀ ਲੋਹੜੀ ਮਨਾਈ ਜਾਂਦੀ ਆ। ਪ੍ਰਧਾਨ ਜੀ, ਤੁਸੀਂ ਅੱਜ ਲੋਹੜੀਆਂ ਇੱਥੇ ਪਵਾਈਆਂ ਨੇ, ਕੀ ਕਹਿਣਾ ਇਸ ਲੋਹੜੀਆਂ ਬਾਰੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਇਹ ਸਾਡੇ ਕਲੱਬ ਦਾ ਚੌਥਾ ਲੋਹੜੀ ਮੇਲਾ ਜਿਹੜੀ ਅਸੀਂ ਮਨਾ ਰਹੇ ਹਾਂ। ਅਸੀਂ ਹਰੇਕ ਵਾਰ 10-15 ਪ੍ਰੋਗਰਾਮ ਸਾਡੇ ਹੁੰਦੇ ਆ, ਅਸੀਂ ਪੂਰੇ ਸਹਿਯੋਗ ਨਾਲ ਸਾਰੇ ਕਲੱਬ ਨਾਲ ਰਲ ਮਿਲ ਕੇ ਅਸੀਂ ਇਹ ਮਨਾਉਂਦੇ ਹਾਂ। ਅਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਰੁੱਖ ਲਗਾਓ, ਕੁੱਖ ਬਚਾਓ, ਗੁੱਡੀ ਬੱਚੇ ਨੂੰ ਪੜ੍ਹਾਓ। ਜੇ ਪੜ੍ਹਨ ਲਿਖਣਗੇ ਤਾਂ ਹੀ ਵੱਡੇ ਵੱਡੇ ਅਫਸਰ, ਪੀਸੀਐਸ, ਆਈਪੀਐਸ, ਪੀਸੀਐਸ ਬਣਨਗੇ। ਇਸ ਕਰਕੇ ਤੁਹਾਡਾ ਇੱਥੇ ਆਉਣਾ ਕਿਵੇਂ ਬਣਿਆ? ਮੇਰਾ ਇਹ ਸਾਈਂ ਜਿਹੜਾ ਬੱਚਾ ਵਾ, ਇਹਦਾ ਜਿਹੜਾ ਡੈਡੀ ਆ ਉਹ ਮੇਰਾ ਯਾਰ ਦੋਸਤ ਆ, ਅਸੀਂ ਇਕੱਠੇ ਕਲਾਸ ਫੈਲੋ ਇਕੱਠੇ ਪੜ੍ਹਦੇ। ਬਾਈ ਜੀ ਕੀ ਨਾਮ ਆ? ਪਰਮਜੀਤ ਸਿੰਘ। ਪਰਮਜੀਤ ਸਿੰਘ ਜੀ, ਹਾਂਜੀ, ਤੁਹਾਡਾ ਕਲਾਸ ਫੈਲੋ ਆ ਪ੍ਰਧਾਨ ਜੀ? ਹਾਂਜੀ ਪ੍ਰਧਾਨ ਜੀ, ਕਲਾਸ ਫੈਲੋ ਜੀ। ਕਿਵੇਂ ਲੱਗਿਆ ਅੱਜ ਲੋਹੜੀਆਂ ਮਨਾਈਆਂ? ਬਹੁਤ ਵਧੀਆ ਲੱਗਿਆ ਜੀ। ਖੁਸ਼ੀ ਆ? ਖੁਸ਼ੀ ਆ ਜੀ, ਬਹੁਤ ਚੰਗਾ ਲੱਗਿਆ ਜੀ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿਣਾ ਚਾਹਾਂਗੀ, ਅੱਜ ਕੱਲ੍ਹ ਇਹੋ ਜਿਹੀ ਸੰਸਥਾ ਬਹੁਤ ਘੱਟ ਹੁੰਦੀ ਹੈ ਜੋ ਲੇਡੀਜ਼ ਦਾ ਸਨਮਾਨ ਵੀ ਕਰਦੀ, ਔਰ ਇਹਨਾਂ ਨੇ ਸਾਨੂੰ ਇੰਨਾ ਸਨਮਾਨ ਦਿੱਤਾ, ਸਾਰੀ ਕੁੜੀਆਂ ਨੂੰ, ਧੀਆਂ ਨੂੰ ਸਨਮਾਨ ਦਿੱਤਾ। ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗੀ, ਇਹਨਾਂ ਨੇ ਬੜਾ ਪੁੰਨਿਆ ਦਾ ਕੰਮ ਕੀਤਾ, ਔਰ ਅੱਗੇ ਬਹੁਤ ਫਲਨ ਫੁੱਲਣ ਔਰ ਕਰਦੇ ਰਹਿਣ, ਔਰ ਧੀਆਂ ਬਚਾਓ ਜੀ। ਜ਼ਰੂਰ ਆਵਾਂਗੇ ਔਰ ਅਸੀਂ ਕਹਾਂਗੇ, ਅਸੀਂ ਵੀ ਯੋਗਦਾਨ ਦਾਂਗੇ, ਔਰ ਅਸੀਂ ਚਾਹਾਂਗੇ ਕਿ ਤੁਸੀਂ ਬਹੁਤ ਵੱਡਾ ਪੁੰਨਿਆ ਦਾ ਕੰਮ ਕਰ ਰਹੇ ਹੋ ਅਤੇ ਬਹੁਤ ਅੱਗੇ ਵਧੇ ਅਤੇ ਬਹੁਤ ਸਮਾਜ ਜਾਗਰੂਕ ਹੋਏ, ਔਰ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਅਤੇ ਸਭ ਨੂੰ ਬਹੁਤ 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 ਵਧਾਈਆਂ ਹੋਣ। ਥੈਂਕ ਯੂ, ਬਹੁਤ ਚੰਗਾ ਲੱਗਾ, ਸਾਨੂੰ ਵੀ ਸਨਮਾਨ ਮਿਲਿਆ, ਅਸੀਂ ਇਹਨੇ ਇੱਥੇ ਆਏ ਹਾਂ ਅਤੇ ਸਾਨੂੰ ਵੀ ਇਹਨਾਂ ਨੇ ਸਨਮਾਨ ਦਿੱਤਾ ਅਤੇ ਬਹੁਤ ਐਜੂਕੇਟਿਡ, ਇਹਨਾਂ ਨੇ ਸਹੀ ਕਿਹਾ, ਐਜੂਕੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਅਤੇ ਧੀਆਂ ਨੂੰ ਜ਼ਰੂਰ ਪੜ੍ਹਾਓ ਔਰ ਇਸ ਕਾਬਿਲ ਬਣਾਓ ਕਿ ਉਹ ਆਪਣੇ ਪੈਰਾਂ 'ਤੇ ਖੜੀ ਹੋ ਸਕਣ, ਉਹਨਾਂ ਨੂੰ ਕਿਸੇ ਦੀ ਜ਼ਰੂਰਤ ਹੀ ਨਾ ਪਏ। ਬਹੁਤ ਬਹੁਤ ਸ਼ੁਕਰੀਆ। ਇਹ ਸਾਡਾ ਮਾਣ ਆ ਜੀ, ਇਹ ਜਿਹੜਾ ਸਾਨੂੰ ਇੱਥੋਂ ਲੋਹੜੀ ਤੋਂ ਮਿਲਿਆ, ਇਹ ਸਾਡੀਆਂ ਬੱਚੀਆਂ ਸਾਡੇ ਨਾਲ ਜੁੜੀਆਂ ਨੇ, ਜਿਹੜੀਆਂ ਸਾਨੂੰ ਕਹਿੰਦੀਆਂ ਨੇ ਅਸੀਂ ਜਦੋਂ ਵਿਆਹ 'ਤੇ ਆਵਾਂਗੇ ਅਸੀਂ ਤਿਲ ਫੁੱਲ ਲੈ ਕੇ ਆਵਾਂਗੇ। ਇਹੀ ਗੱਲ ਭੈਣੇ ਜ਼ਰੂਰ ਹੁੰਦੀ ਆ, ਕਿਉਂਕਿ ਜਦੋਂ ਆਪਾਂ ਕਿਤੇ ਜਾਣਾ, ਚਾਹੇ ਤੁਸੀਂ 10 ਰੁਪਈਏ ਵੀ ਲੈ ਕੇ ਚਲੇ ਜਾਓਗੇ ਨਾ, ਉਹ ਵੀ ਬਹੁਤ ਵੱਡੇ ਨੇ। ਮੇਰੇ ਨਾਲ ਜਿੰਨੀ ਵੀ ਸੰਸਥਾ ਖੜ੍ਹੀ ਆ, ਜਿੰਨੇ ਵੀ ਮੇਰੇ ਮਹਿਮਾਨ ਖੜ੍ਹੇ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਭ ਬਾਬਾ ਜੀ ਦੀ ਮਿਹਰਬਾਨੀ ਹੈ ਜੀ, ਇਸ ਕਿਤਾਬ ਨੂੰ ਮੈਂ ਲਿਪਾਂਤਰਨ ਕੀਤਾ। ਬਾਬਾ ਜੀ ਦੇ ਮੁੱਖ ਤੋਂ ਹੀ ਇਹ ਉਰਦੂ, ਫਾਰਸੀ, ਪੰਜਾਬੀ, ਹਿੰਦੀ ਵਿੱਚ ਬੋਲੀ ਗਈ ਹੈ ਅਤੇ 3-4 ਸਾਲ ਤੋਂ ਵੱਧ ਸਮਾਂ ਲੱਗਾ ਇਸ ਨੂੰ ਲਿਖਣ ਵਾਲੇ, ਅਤੇ ਬਾਬਾ ਜੀ ਦੀ ਹੀ ਇੱਛਾ ਸੀਗੀ ਔਰ ਉਹਨਾਂ ਦੀ ਬਹੁਤ ਭਾਰੀ ਇੱਛਾ ਸੀਗੀ ਕਿ ਇਸ ਕਿਤਾਬ ਲਿਖੀ ਜਾਵੇ, ਤਾਂ ਕਿ ਜੋ ਉਹਨਾਂ ਦੀ ਕਵਿਤਾਵਾਂ ਹਨ, ਜੋ ਉਹਨਾਂ ਦੇ ਵਿਚਾਰ ਹਨ, ਜੋ ਉਹਨਾਂ ਦੀ ਗੱਲਬਾਤ ਹੈ, ਉਹ ਆਉਣ ਵਾਲੀ ਨਵੀਂ ਪੀੜ੍ਹੀ ਤੱਕ ਜਾਵੇ। ਅਤੇ ਇਹ ਮੈਂ ਉਹਨਾਂ ਦੀ ਕਿਰਪਾ ਹੀ ਮੰਨਦਾ ਹਾਂ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਅਤੇ ਇਹ ਕਿਤਾਬ ਹੋਣੀ ਚਾਹੀਦੀ। ਇਹ ਕਿਤਾਬਾਂ ਸਾਨੂੰ ਇੱਥੇ ਸੰਸਥਾ ਨੂੰ, ਪੂਰੀ ਸੰਸਥਾ ਨੂੰ ਦਿੱਤੀ ਆ, ਪ੍ਰਧਾਨ ਸਾਹਿਬ ਨੂੰ ਵੀ ਦਿੱਤੀ ਆ, ਕਿਉਂਕਿ ਅਸੀਂ ਇਹ ਕਿਤਾਬ ਜੋ ਸਾਨੂੰ ਇੱਥੋਂ ਖਜ਼ਾਨਾ ਦਿੱਤਾ ਗਿਆ ਅਤੇ ਅਸੀਂ ਪ੍ਰਵਾਨ ਕਰਦੇ ਹਾਂ, ਅਸੀਂ ਪੜ੍ਹਾਂਗੇ ਇਹਨੂੰ, ਵਿਚਾਰਾਂਗੇ ਅਤੇ ਇਹਦੇ 'ਤੇ ਦਰਸਾਏ ਮਾਰਗ 'ਤੇ ਵੀ ਅਸੀਂ ਜ਼ਰੂਰ ਚੱਲਾਂਗੇ ਅਤੇ ਅਸੀਂ ਬਾਈ ਜੀ ਉਹਨਾਂ ਦਾ ਜਿਨ੍ਹਾਂ ਨੇ ਕਿਤਾਬ ਲਿਖੀ ਆ ਉਹਨਾਂ ਦਾ ਬਾਈ ਜੀ ਸਨਮਾਨ ਜ਼ਰੂਰ ਕਰਾਂਗੇ ਤੁਹਾਡਾ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।